ਸ਼ਾਨ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਸ਼ੀਗਤ ਗੱਲ ਗੱਲ ਕਰਦੇ ਹਾਂ ਪੰਜਾਬੀ ਗਾਇਕ ਹਨੀ ਸਿੰਘ ਦੀ ਪੰਜਾਬੀ ਗਾਇਕ ਹਨੀ ਸਿੰਘ ਅਤੇ ਉਹਨਾਂ ਦੀ ਪਤਨੀ ਸ਼ਾਲਨੀ ਤਲਵਾਰ ਦਾ ਤਲਾਕ ਹੋ ਗਿਆ ਹੈ ਸ਼ਾਲਨੀ ਤਲਵਾਰ ਨੇ ਪਿਛਲੇ ਸਾਲ ਦਿੱਲੀ ਦੀ 30 ਹਜ਼ਾਰੀ ਅਦਾਲਤ ਵਿੱਚ ਤਲਾਕ ਦੀ ਪਟੀਸ਼ਨ ਦਾਇਰ ਕਰਕੇ ਗਾਇਕ ਤੇ ਕ੍ਰੀ ਲੁਹਿੰਸਾ ਤੇ ਹੋਰ ਔਰਤਾਂ ਨਾਲ ਸ਼ਰੀਕ ਸੰਬੰਧ ਸਮੇਤ ਕਈ ਗਬੀਰ ਦੋਸ਼ ਲਾਇਆ ਨੇ ਇਸ ਨਾਲ ਹੀ ਹਨੀ ਸਿੰਘ ਅਤੇ ਸ਼ਾਨਲੀ ਹੁਣ ਆਧਾਰਿਕ ਤੌਰ ਤੇ ਵੱਖ ਹੋ ਗਏ ਹਨ ਖਬਰਾਂ ਦੀ ਮੰਨੀ ਤੇ ਸ਼ਾਨਲੀ ਨੇ ਹਨੀ ਸਿੰਘ ਤੋਂ ਤਲਾਕ ਲਈ 10 ਕਰੋੜ ਰੁਪਏ ਦਾ ਪੱਤਾ ਮੰਗਿਆ ਸੀ ਪਰ ਹੁਣ ਦੋਵਾਂ ਵਿਚਾਲੇ 1 ਕਰੋੜ ਦਾ ਸਮਝੌਤਾ ਹੋਇਆ ਹੈ ਵੀਰਵਾਰ ਨੂੰ ਹਨੀ ਸਿੰਘ ਨੇ ਦਿੱਲੀ ਸਾਕੇ ਜਿਲ੍ਹਾ ਅਦਾਲਤੀ ਫੈਮਿਲੀ ਕੋਰਟ ਚ ਸੀਲ ਬੰਦ ਲਿਫਾਫੇ ਚ 1 ਕਰੋੜ ਰੁਪਏ ਦਾ ਚੈੱਕ ਸ਼ਾਨਲੀ ਤਲਵਾਰ ਨੂੰ ਸੌਂਪਿਆ 3 ਅਗਸਤ ਨੂੰ ਸ਼ਾਨਲੀ ਨੇ ਹਨੀ ਸਿੰਘ ਦੇ ਖਿਲਾਫ ਦਿੱਲੀ ਦੀ 30 ਹਜ਼ਾਰੀ ਕੋਰਟ ਚ ਪਟੀਸ਼ਨ ਦਾਇਰ ਕੀਤੀ ਸੀ ਉਸਨੇ ਦੋਸ਼ ਲਾਇਆ ਸੀ ਕਿ ਹਰਦੇਸ਼ ਸਿੰਘ ਉਰਫ ਹਨੀ ਸਿੰਘ ਨੇ ਉਸ ਨਾਲ ਕੁਟਮਾਰ ਕੀਤੀ ਹੈ ਉਸਨੇ ਵਿਆਹ ਨੂੰ 10 ਸਾਲ ਦਿੱਤੇ ਪਰ ਬਦਲੇ 'ਚ ਉਸਨੂੰ ਮਾਨਸਿਕ ਅਤੇ ਸਰੀਰਕ ਤੌਰ ਤੇ ਪੀੜਿਤ ਕੀਤਾ ਗਿਆ ਇਸ ਤੋਂ ਇਲਾਵਾ ਸ਼ਾਲਨੀ ਤਲਵਾਰ ਨੇ ਇਹ ਵੀ ਦੋਸ਼ ਲਾਇਆ ਸੀ ਕਿ ਗਾਇਕ ਅੰਤਰਰਾਸ਼ਟਰੀ ਟੂਰ ਤੇ ਜਾਣ ਦੇ ਬਹਾਨੇ ਕਈ ਔਰਤਾਂ ਨਾਲ ਨਜਾਇਜ਼ ਸੰਬੰਧ ਬਣਾਉਂਦਾ ਹੈ ਉਸ ਦੇ ਪਤੀ ਨੇ ਉਸ ਨਾਲ ਜਨਮਰਾਗ ਵਿਹਾਰ ਕੀਤਾ ਅਤੇ ਹੁਣ ਉਹ ਹਣੀ ਸਿੰਘ ਤੋਂ ਵੱਖ ਹੋਣਾ ਚਾਹੁੰਦੀ ਹੈ ਸ਼ਾਲੀ ਨੇ 10 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਸੀ ਦੱਸ ਦਿਓ ਕਿ ਹਣੀ ਸਿੰਘ ਅਤੇ ਸ਼ਾਲਨੀ ਤਲਵਾਰ ਵਿਆਹ ਤੋਂ ਪਹਿਲਾਂ ਬਹੁਤ ਚੰਗੇ ਦੋਸਤ ਰਹੇ ਹਨ ਹੌਲੀ ਹੌਲੀ ਉਹਨਾਂ ਦੀ ਦੋਸਤੀ ਪਿਆਰ ਵਿੱਚ ਬਦਲ ਗਈ ਅਤੇ ਸਾਲ 2011 ਵਿੱਚ ਉਹਨਾਂ ਨੇ ਦਿੱਲੀ ਦੇ ਇੱਕ ਗੁਰਦੁਆਰੇ ਵਿੱਚ ਵਿਆਹ ਕਰਵਾ ਲਿਆ ਸਾਲ 2014 'ਚ ਹਨੀ ਸਿੰਘ ਨੇ ਆਪਣੀ ਪਤਨੀ ਨੂੰ ਪਹਿਲੀ ਵਾਰ ਰਿਐਲਿਟੀ ਸ਼ੋਅ ਇੰਡੀਆਜ਼ ਰੋਸਟਰ ਸ਼ੋਅ 'ਚ ਇੰਟਰੋਡਿਊਸ ਕੀਤਾ ਸੀ ਬਾਲੀਵੁੱਡ ਪਾਲੀਵੁੱਡ ਦੀ ਬਧੇਰੀ ਖਬਰਾਂ ਜਾਣਨ ਲਈ ਜੁੜੇ ਰਹੋ ਚੈਨਲ ਸ਼ਾਂਤ ਪੰਜਾਬੀ ਦੇ ਨਾਲ